13 किलो हाँ भाई मित्रों सत श्रीकाल भाई मेरे नाल खड़ा भाई गुरप्रीत आप पहुंचे हुए तलवंडी साबो ट्रैक्टर मंडी च बुधवार वाली मंडी ते वीडियो शुरू करने तो पहले एक मिनट का समा लेना थोड़ा वीडियो पहली गल तो सारी देखा करो दूजी गल सारियां तो मैं पूछा भी सीगा वधिया रिस्पोंस करन थोड़ा आया वो करके आप टोकन सिस्टम स्टार्ट कर लिया सारियां दे सामने आप विसाखी ते कढ़ना जी 299 रुपये का टोकन पहला नाम सिद्धू मूसेवाले वाई वर्गा नाट गैरा कढ़ना जाए जां उहदे कोले सीगा कोशिश फुल करांगे पूरा जिहड़ा मैं पोस्टर आया वीडियो के उपर पाता तुसीं देख लो भी 51 नाम ने ते परचियां छेती तो छेती वीरे कटवा लो ते लिमिटेड ही आ अपने कोले टोकन ते लिमिटेड ही समा अपने कोले कोई वाला नहीं हैगा छेती तो छेती कटा लो पोस्टर मैं पाता उस फुल डिटेल आह वीडियो के थले डिस्क्रिप्शन के मैं लिंक भी देता वो वीडियो जाके देख लो कूपन वाली भी पूरी डिटेल उस आप दी हुई आ ते वीर बन के हुण फुल सपोर्ट करो वीडियो ज़्यादा तो ज़्यादा शेयर कर दो जिहड़ा बंदा सब तो वध शेयर करता वह भी 3 जणियां नूं आपां फोन कढ़ने आ ते विसाखी ते सारयां दे सामने कढ़ांगे जी ड्रापां हुण दब दिओ कम क्यों हाँ भाई हाँ कालो क्याला मुंडा मेरे नाल खड़ा तलवंडी विसाखी ते कढ़ांगे सारयां दे सामने कोई कपड़ाबाजी नहीं होनी इहदे विच ਵਧੀਆ ਕੱਢਣਾ ਸਾਰਾ ਉਹ ਲਾਈਵ ਕੱਢਾਂਗੇ ਆਪਾਂ ਬਾਈ ਹਾਂ ਸਾਰਾ ਆਪਣੇ ਚੈਨਲ ਤੇ ਲਾਈਵ ਵੀ ਚੱਲੂਗਾ ਨਾਲ ਆਪਣੇ ਮੰਡੀਆਂ ਨੂੰ ਬੇਨਤੀ ਹੈ ਬਾਈ ਵੱਧ ਤੋਂ ਵੱਧ ਤੁਸੀਂ ਪਰਚੀਆਂ ਪਾਓ ਜਿਹੜੇ ਆਪਾਂ ਨੂੰ ਤੁਹਾਨੂੰ ਚੈਨਲ ਦੇ ਨਾਲ ਜੁੜੇ ਹੋਏ ਆ ਹਾਂ ਕਿਉਂਕਿ ਯਾਰ ਇਹਦੇ ਨਾਲ ਆਪਣੀ ਮੰਡੀ ਦੀ ਵੀ ਮਸ਼ਹੂਰੀ ਹੁੰਦੀ ਹੈ ਤਲਵੰਡੀ ਸਾਬੋ ਦੀ ਵੀ ਇੱਥੇ ਕੱਢਣਾ ਆਪਾਂ ਤਲਵੰਡੀ ਸਾਬੋ ਦੀ ਧਰਤੀ ਤੇ ਕੱਢਣਾ ਵਿਸਾਖੀ ਤੇ ਗੁਰਦੁਆਰੇ ਦੀ ਧਰਤੀ ਤੇ ਆਪਣੀ ਸਪੈਸ਼ਲ ਸਟਾਲ ਲੱਗੂਗੀ ਤਲਵੰਡੀ ਸਾਬੋ ਸਾਰਿਆਂ ਦੇ ਸਾਹਮਣੇ ਕੱਢਾਂਗੇ ਸਾਰਿਆਂ ਨੂੰ ਦੱਸ ਦਿਆਂਗੇ ਕਿਹੜੀ ਥਾਂ ਤੇ ਕੱਢਣਾ ਸਾਰੇ ਆ ਜਾਓ ਸਾਰਿਆਂ ਦੇ ਸਾਹਮਣੇ ਕੱਢਾਂਗੇ ਜੀ ਠੀਕ ਹੈ ਜੀ ਸ਼ੁਕਰੀਆ ਉਹ ਜੀ ਬਹੁਤ ਹੀ ਵੀਰਾਂ ਦੀ ਡਿਮਾਂਡ ਆਉਂਦੀ ਹੁੰਦੀ ਹੈ ਵੀ ਟਰਾਲੀਆਂ ਤੇ ਟਰਾਲਿਆਂ ਦੀ ਵੀਡੀਓ ਬਣਾਇਆ ਕਰੋ ਤੇ ਅੱਜ ਆਪਾਂ ਟਰਾਲੀਆਂ ਤੇ ਟਰਾਲਿਆਂ ਦੀ ਵੀਡੀਓ ਬਣਾਵਾਂਗੇ ਆਪਣੇ ਨਾਲ ਬਾਈ ਖੜਾ ਘੁੰਮਣ ਵਾਲਾ ਕੀ ਹਾਲ ਆ ਵੀਰੇ ਬਹੁਤ ਵਧੀਆ ਵੀਰ ਜੀ ਤੇ ਪਹਿਲਾਂ ਵਾਲੀ ਤੁਹਾਡੀ ਵੀਡੀਓ ਬਹੁਤ ਚੱਲੀ ਆ ਹਾਂ ਹਾਂ ਵੀਰ ਜੀ ਤੇ ਕੀ ਰਿਸਪੌਂਸ ਆਇਆ ਉਹ ਵੀਡੀਓ ਬਹੁਤ ਵਧੀਆ ਰਿਸਪੌਂਸ ਆਇਆ ਵੀਰ ਜੀ ਕਿੰਨੀਆਂ ਟਰਾਲੀਆਂ ਪੈ ਗਈਆਂ ਆਪਣੇ ਵੀਡੀਓ ਦੇ ਨਾਲ 28-29 ਟਰਾਲੀਆਂ ਸੀ ਉਹ ਵੀਡੀਓ ਨਾਲ ਹਾਂਜੀ ਹਾਂਜੀ ਬਈ ਬਹੁਤ ਮੈਨੂੰ ਵੀ ਬਹੁਤ ਕਮੈਂਟ ਆਏ ਲੋਕਾਂ ਦੇ ਫੋਨ ਵੀ ਆਏ ਬਈ ਵੀ ਵਧੀਆ ਡੀਲ ਕਰਨ ਤੋਂ ਬਾਅਦ ਵੀ ਮੈਨੂੰ ਲੈ ਕੇ ਜਾਣ ਤੋਂ ਬਾਅਦ ਵੀ ਵੀਰੇ ਯਾਰ ਵੀ ਬੰਦੇ ਬਹੁਤ ਵਧੀਆ ਲੱਗੇ ਮੈਨੂੰ ਵੀ ਮਾਲ ਵੀ ਵਧੀਆ ਸੀਗਾ ਹਾਂਜੀ 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 ਤੇ ਅੱਜ ਆਪਾਂ weight ਵੀ ਦੱਸਾਂਗੇ ਨਾਲ ਕਈ ਵੀਰਾਂ ਨੇ ਕਮੈਂਟ ਕੀਤਾ ਕਹਿੰਦੇ ਬਈ weight ਵੀ ਦੱਸਿਆ ਕਰੋ ਟਰਾਲੀ ਦਾ ਨਾਲ ਹਾਂ ਵੀਰ ਜੀ ਫੁੱਲ ਡਿਟੇਲ ਜਿੰਨੀ ਹੋ ਸਕੀ ਟਰਾਲੀ ਬਾਰੇ ਆਪਾਂ ਉਨੀ ਡਿਟੇਲ ਦੇਵਾਂਗੇ ਵੀ ਬੰਦੇ ਨੂੰ ਵੀਡੀਓ ਦੇਖ ਕੇ ਪਤਾ ਲੱਗ ਜੇ ਟੂ ਜ਼ੈਡ ਨੌਲੇਜ ਵੀ ਟਰਾਲੀ ਦੇ ਵਿੱਚ ਕੀ ਹੈ ਤੇ ਬਾਹਰ ਕੀ ਆ ਹਨਾ ਠੀਕ ਆ ਵੀਰ ਜੀ ਤੇ ਇਹਨੂੰ ਆਪਾਂ ਕਰ ਲਈਏ ਸ਼ੁਰੂ ਬਈ ਕਿੰਨੇ ਫੁੱਟੀ ਟਰਾਲੀ ਆ ਇਹ ਇਹ ਵੀਰ ਜੀ 11 ਫੁੱਟੀ ਆ ਅੱਛਾ ਜੀ 2.5 ਕੀ ਹੈ 3 ਫੁੱਟ ਵੱਡਾ ਠੀਕ ਹੈ ਜੀ ਤੇ ਇਹਦਾ ਵੀਰ ਜੀ ਟਾਟਾ ਦੇ ਮਾਲ ਲੱਗਿਆ ਤੇ ਥੱਲੇ 8 ਗੇਜ ਦਾ ਮਾਲ ਆ ਅੱਛਾ ਜੀ ਥੱਲੇ 8 ਗੇਜ ਆ 6.5-10 ਗੇਜ ਦੀ 6.5-10 ਗੇਜ ਆ ਹਾਂ ਇਹਦਾ ਕੱਲਾ ਬਕਸਾ ਵੀਰ ਜੀ 13 ਕਵਾਟਲ 26 ਕਿਲੋ ਦਾ ਅੱਛਾ ਜੀ ਕੱਲਾ ਬਕਸਾ ਬਕਸਾ ਕੱਲਾ ਬਕਸਾ ਹਾਂ ਠੀਕ ਹੈ ਜੀ ਤੇ ਬਾਈ ਆਪਾਂ ਦਿਖਾ ਇਹ ਚ ਵੀ ਟਾਟਾ ਦੀ ਆ ਸਾਰਾ ਹਾਂ ਹਾਂ ਵੀਰ ਜੀ ਟਾਟਾ ਪੱਤੀਆਂ ਪੱਤੀਆਂ ਹਾਂ ਹਾਂ ਕਾਰੀਆਂ ਲਓ ਜੀ ਸਾਰੀ ਦੁਕਾਨ ਆ ਡਾਲਾ ਵੀ ਦੂਜਾ ਪਿੱਛੇ ਗੇਅਰ ਵਾਲਾ ਹਾਂ ਹਾਂ ਵੀਰ ਜੀ ਲੌਕ ਵਾਲਾ ਇਹ ਸਿਸਟਮ ਆ ਹਾਂ ਤੇ ਆਹ ਦੇਖ ਲਓ ਲੈਜੈਂਡ ਬਾਈ ਮੂਸੇ ਵਾਲਾ ਸਰਦਾਰੀ ਪਿੱਛੇ ਬਾਈ ਲਿਖਿਆ ਹੋਇਆ ਤੇ ਵਿੱਚੋਂ ਦਿਖਾ ਰਿਹਾ ਮੈਂ ਟੋਪੀ ਟੂਪੀ ਨਾਲ ਲੱਗੀ ਹੋਈ ਆ ਸਾਰੀ ਤੇ ਗਾਂ ਬਾਈ ਆ ਦੇ ਲੋ ਬਣਾ ਆਹ ਮੋਬਾਈਲ ਨੰਬਰ ਆ ਹਨਾ ਕਈ ਵੀਰਾਂ ਨੂੰ ਨਾ ਪੰਜਾਬੀ ਚ ਸਮਝ ਨਹੀਂ ਆਉਂਦਾ ਹਿੰਦੀ ਵਾਲੇ ਜਿਹੜੇ ਹੁੰਦੇ ਨੇ ਹਿੰਦੀ ਚ ਬੋਲਿਆ ਕਰੋ ਆਹ ਬਾਈ ਦਾ ਨਾਂ ਤੇ ਆਹ ਨੰਬਰ ਆ ਹੁਣ ਤੁਹਾਨੂੰ ਲਿਖਿਆ ਦਿਖਾਤਾ ਮੈਂ ਬਾਈ ਨਾਲ ਲਿੰਕ ਕਰ ਲਿਓ ਪਿੰਡ ਵੀ ਬਾਈ ਦਾ ਲਿਖਿਆ ਪਿਆ ਪਿੱਛੇ ਘੁੰਮਣ ਕਲਾ ਇਹ ਬਾਈ ਕਿੰਨਾ ਰੇਟ ਹੈ ਇਹਦਾ ਟਰਾਲੀ ਦਾ ਇਹਦਾ ਵੀਰ ਜੀ 1,00,000 ਤੇ ਕੁਛ ਹੀ ਕਰੀ ਚੱਲੀ ਰੇਟ ਤੇ 1,55,000 ਰੁਪਏ ਮੰਗੀ ਜਾਂਦੇ ਹਨਾ ਹਾਂ ਠੀਕ ਹੈ ਇਹ ਦੇਵਾਂਗੇ 1,00,000 ਤੇ 45,000 ਦੀ 1,00,000 ਤੇ 45,000 ਦੀ ਹਾਂ ਵੀਰ ਜੀ ਬਾਈ ਇਹ ਚ ਹੱਬ ਕਿੰਨੇ ਨਟੀ ਆ ਇਹ ਵੀਰ ਜੀ 8 ਨਟੀ ਆ 8 ਨਟੀ ਹੱਬ ਹੈ ਇਹਦੀ ਹਾਂ ਸਟੀਲੀ ਹੱਬਾਂ ਚ ਆ ਗਿਆ ਠੀਕ ਹੈ ਟੈਟੂ ਤੁਹਾਡੇ ਸਾਹਮਣੇ ਆ ਹਾਂ ਤੇ ਥੱਲਿਓ ਮੈਂ ਦਿਖਾ ਦਿਆਂ ਟਰਾਲੀ ਮੜੀ ਜੀ ਨਿਗਾ ਮਾਰ ਲਓ ਆਪਦੀ ਆਹ ਕੰਡੀਸ਼ਨ ਆ ਜੀ ਤੇ ਬਾਈ ਗਾਂ ਜੀ ਗਾਹਾਂ ਵੀਰ ਜੀ ਇਹਦਾ ਫਰਕ ਆ ਗਿਆ ਥੋੜਾ ਜਿਹਾ ਵੈਸੇ ਕੀ ਫਰਕ ਆ ਜੀ ਇਹਦੇ ਵਿੱਚ 3 ਸਰੀਆਂ ਦੀ ਡਿਮਾਂਡ ਹੁੰਦੀ ਹੈ ਵੀਰਾਂ ਦੀ ਹਾਂਜੀ ਸੋਹਣੀ ਲੱਗਦੀ ਹੈ ਇਹਦੇ ਨਾਲ ਸਖਤਾਈ ਵੱਧ ਜਾਂਦੀ ਹੈ ਅੱਛਾ ਜੀ ਤੇ ਇਹਦੇ ਵਿੱਚ ਜਿਸਤੀ ਫਰਸ਼ ਪਾਤਾ ਆਪਾਂ ਇਹ ਚ ਜਿਸਤੀ ਫਰਸ਼ ਆ ਹੈ ਹਾਂ ਲਓ ਜੀ ਦਿਖਾਓ ਵੀ ਜਿਹਨੂੰ ਕਹਿੰਦੇ ਜਰ ਨਹੀਂ ਲੱਗਦਾ ਹਾਂ ਵੀਰ ਜੀ ਠੀਕ ਹੈ ਜੀ ਇਹ ਕਿੰਨੇ ਗੇਜ ਦਾ ਇਹ ਵੀਰ ਜੀ 10 mm ਦਾ 10 mm ਦਾ ਹਾਂਜੀ ਹਾਂਜੀ ਠੀਕ ਹੈ ਬਹੁਤ ਮੋਟਾ ਹੋ ਜਾਂਦਾ 10 mm 1 ਸੈਂਟੀਮੀਟਰ ਜਿਹਨੂੰ ਕਹਿੰਦੇ ਨੇ ਆਪਾਂ 10 mm ਉਹਨਾਂ ਹੋ ਜਾਂਦਾ ਜੀ ਹਾਂਜੀ ਹਾਂਜੀ ਤੇ ਇਹਦੇ ਵੀ ਬਈ ਇਹਦਾ ਕੀ ਰੇਟ ਆ
ਹੈਗਾ ਵੀਰ ਜੀ ਹਰਮਨ ਇਹਦਾ ਰੇਟ ਹੈਗਾ ਇਹ ਵੀ 145 ਦੀ ਦੇਣੂ ਹੀ ਆ 145 ਦੀ ਦੇਣੀ ਆ ਹਾਂ ਵੀਰ ਜੀ ਤੇ ਬਈ ਰੰਗ ਦਾ ਰੰਗ ਦਾ ਵੀਰ ਜੀ 3000 ਰੁਪਿਆ ਲੱਗ ਹੋ ਸਕਦਾ ਕਰਕੇ ਜਾਇਜ਼ਾ ਕਰਾਉਣਾ ਰੰਗ ਹਾਂ ਜਾਇਜ਼ਾ ਆਏ ਲੈਣੀ ਆਏ ਲੈ ਲੋ ਹਾਂ ਠੀਕ ਹੈ ਹਾਂ ਵੀਰ ਜੀ ਤੇ ਬਈ ਇਹਦੇ ਕਿਡਨੀ ਉਹ ਆ ਥੱਲੇ ਇਹਦੇ ਵੀਰ ਜੀ ਟਾਟਾ ਦੀਆਂ ਹੱਬਾਂ ਨੇ ਦੋਨਾਂ ਦੇ ਹਾਂ ਟਰੱਕ ਵਾਲੀਆਂ ਹੱਬਾਂ ਆ ਗਈਆਂ ਕਿੰਨੇ ਨਟੀਆਂ ਇਹ 8 ਨਟੀ ਚ ਆ ਗਈਆਂ ਵੀਰ ਜੀ 8 ਨਟੀ ਆ ਗਈ ਹਾਂ ਇਹਦਾ weight ਕਿੰਨਾ ਹੋਣਾ ਵੀਰੇ ਇਹਦਾ ਵੀਰ ਜੀ 13 ਤੋਂ ਪਲੱਸ ਹੋ 13 ਤੋਂ ਪਲੱਸ ਹਾਂ ਕੱਲੇ ਬਕਸੇ ਦਾ ਕੱਲੇ ਬਕਸੇ ਜੇ ਕਿਸੇ ਬੰਦੇ ਨੇ ਤੋੜ ਕੇ ਲੈ ਜਾਣੀ ਹੈ ਤਾਂ ਤੋੜ ਕੇ ਵੀ ਲਿਆ ਸਕਦਾ ਹਾਂ ਉਹ ਆਪਾਂ 90 ਰੁਪਏ ਤੁਰਮੀ ਦੇਵਾਂਗੇ ਠੀਕ ਹੈ ਹਾਂ ਵੀ ਦੋ ਵੀਰਾਂ ਦਾ ਆ ਜਾਂਦਾ ਅਗਲਾ ਕਹਿੰਦਾ ਵੀਰ ਜੀ weight ਕਿੰਨਾ ਹੈਗਾ ਜਾਂ ਕਿਵੇਂ ਗੱਲਬਾਤ ਹੈ ਵੀ ਅਗਲਾ ਕਹਿੰਦਾ ਵੀ ਖਾਣੀ ਬੰਦਾ ਉਹੀ ਕਹੀ ਜਾਂਦਾ ਵੀ ਆਪਾਂ ਬਕਸਾ ਤੋੜ ਕੇ ਤੋੜ ਵੀ ਸਕਦਾ ਕੋਈ ਦਿੱਕਤ ਆਈ ਗੱਲ ਨਹੀਂ ਵੀ ਟਾਇਰਾਂ ਤੋਂ ਬਿਨਾ ਹਾਂ ਟਾਇਰਾਂ ਤੋਂ ਬਿਨਾ ਕੱਲਾ ਬਕਸਾ ਹਾਂ ਵੀਰ ਜੀ ਠੀਕ ਹੈ ਤੇ ਬਈ ਗਾਂ ਜੀ ਆਹ ਇਹ ਵੀਰ ਜੀ ਐਂਗਲ ਵਾਲੀ ਆ ਗਈ ਆ ਜਿਵੇਂ ਮੰਨ ਲਓ ਫੱਟੀ ਵਾਲੀ ਆ ਗਈ ਫੱਟੀ ਦਾ ਡਿਮਾਂਡ ਕਰਦੇ ਆ ਵਿੱਚ ਬਾਈ ਹਾਂ ਫੱਟੀ ਵਾਲੀ ਆ ਤੇ ਆਈ ਆ ਐਂਗਲ ਵਾਲੀ ਆ ਗਈ ਆ ਐਂਗਲ ਵਾਲੀ ਆ ਇਹਦੀ ਤੇ ਇਹਦੀ ਮਜ਼ਬੂਤੀ ਦਾ ਕੀ ਫਰਕ ਹੁੰਦਾ ਬਾਈ ਇਹ ਮਜ਼ਬੂਤੀ ਦਾ ਨਹੀਂ ਵੀਰ ਜੀ ਟਾਵਰ ਦਾ ਫਰਕ ਹੁੰਦਾ ਮਜ਼ਬੂਤੀ ਦੋਨਾਂ ਦੀ ਸੇਮ ਹੋ ਜਾਂਦੀ ਆ ਅੱਛਾ ਹਾਂ ਟਾਵਰ ਕਿਹੜੀ ਦੀ ਵੱਧਦਾ ਫਿਰ ਟਾਵਰ ਵੀਰ ਜੀ ਹੁਣ ਆਪਣੇ ਤਾਂ ਸਾਰੀਆਂ ਹੀ ਉਹ ਆ ਮੰਨ ਲਓ ਵਿੱਚ ਨਹੀਂ ਆਪਾਂ ਦਾ ਹਾਂ ਦੁਕਾਨ ਆਪਣੀ ਦਾ ਹਨਾ ਹਾਂ ਦੁਕਾਨਦਾਰੀ ਦਾ ਕੰਮ ਇਹ ਤਾਂ ਹੁਣ ਬੰਦੇ ਦਾ ਜਿਹੇ ਜੀ ਮਨ ਨੂੰ ਲੱਗੀ ਉਹੀ ਜੀ ਜਾਂਦੇ ਉਹ ਜਿਆਦਾ ਪਸੰਦ ਕਿਹੜੀ ਨੂੰ ਕਰਦੇ ਆ ਜਿਆਦਾ ਤਾਂ ਵੀਰ ਜੀ ਇਸੇ ਨੂੰ ਪਸੰਦ ਕਰਦੇ ਤਿੰਨ ਸਰੀਆਂ ਵਾਲੀ ਨੂੰ ਅੱਛਾ ਹਾਂ ਠੀਕ ਹੈ ਠੀਕ ਹੈ ਠੀਕ ਹੈ ਅੱਜ ਕੱਲ ਫਿਰ ਮੁੰਡੇ ਖੁੰਡੇ ਜਿਵੇਂ ਆ ਗਏ ਨਵੀਂ ਉਮਰ ਦੇ ਅਗਲਾ ਕਹਿੰਦਾ ਟਾਵਰ ਵੀ ਦੇਖਣੀ ਆ ਤੇ ਫਿਰ ਬਾਕੀ ਜਿਹੜੇ ਬੰਦੇ ਦੀ ਡਿਮਾਂਡ ਦੇ ਉੱਤੇ ਅਗਲਾ ਕਹਿੰਦਾ ਯਾਰ ਪਾਈਪ ਜੀ ਨੂੰ ਕੋਈ ਹੋਣੀ ਚਾਹੀਦੀ ਆ ਉਹਦੇ ਵਾਸਤੇ ਪਾਸ ਸਿਸਟਮ ਕਰਤਾ ਠੀਕ ਹੈ ਹਾਂ ਵੀ ਵਿੱਚ ਲਕੋਲੀ ਪਾਈਪ ਹਾਂ ਇਹਨੂੰ ਲੌਕ ਵੀ ਲੱਗ ਸਕਦਾ ਹਾਂ ਠੀਕ ਹੈ ਠੀਕ ਹੈ ਠੀਕ ਹੈ ਤੇ ਆਹ ਦੇਖ ਲਓ ਜੀ ਆਹਾ ਚੈਨਲ ਕਿੰਨੇ ਮੋਟੇ ਆ ਬਈ ਇਹ ਐਮਸੀ ਦੀ ਆ ਗਈ ਵੀਰ ਜੀ ਐਮਸੀ ਦੇ 8 ਇੰਚੀ ਚ 8 ਇੰਚੀ ਚ ਆ ਗਈ 80 ਆ ਗਈ ਹਾਂ ਠੀਕ ਹੈ ਜੀ ਠੀਕ ਹੈ ਤੇ ਬਈ ਗਾਂ ਜੀ ਇਹਦੇ ਟੋਪੀ ਆ ਵੀਰ ਜੀ ਇਹਦੇ ਟੋਪੀ ਹੈ ਨਹੀਂ ਜੀ ਮੰਨ ਲਓ ਵਿਦਆਊਟ ਟੋਪੀ ਆ ਗਈ ਹਾਂ ਇਹ ਤੁਹਾਨੂੰ ਦੱਸ ਹੀ ਦਿੱਤਾ ਪਹਿਲਾਂ ਵੀ ਇਹ ਐਂਗਲ ਚ ਆ ਗਈ ਹਾਂਜੀ ਇਹ ਫੱਟੀ ਚ ਉਹ ਫੱਟੀ ਚ ਆ ਗਈ ਸੀ ਠੀਕ ਹੈ ਇਹਦੇ ਟੋਪੀ ਹੈ ਨਹੀਂ ਤਾਂ ਹਾਂ ਤੇ ਇਹ ਐਂਗਲ ਚ ਆ ਹਾਂ ਇਹ ਵੀਰ ਜੀ ਦੇਣੀ ਆਪਾਂ 1,35,000 1,35,000 ਦੀ ਬਿਨਾ ਰੰਗ ਤੋਂ ਹਾਂ ਜੀ ਤੇ ਹੱਬਾਂ ਦੋਨਾਂ ਦੀ ਇਹਨਾਂ ਦੀਆਂ ਸੇਮ ਹੀ ਆ ਸੇਮ ਹੀ ਆ ਗਈ ਵੀਰ ਜੀ ਹਾਂ ਟਰੱਕ ਵਾਲੀਆਂ ਹੱਬਾਂ ਟਾਟਾ ਦੀਆਂ ਹਾਂ ਹਾਂ ਤੇ ਬਈ ਇਹਦਾ weight ਕਿੰਨਾ ਕੁ ਹੋਣਾ ਫਿਰ ਇਹਦਾ ਵੀ ਵੀਰ ਜੀ 12 ਕੁਇੰਟਲ 60 ਕਿਲੋ ਦਾ ਬਕਸਾ ਹੈ ਇਕੱਲਾ ਠੀਕ ਹੈ ਜੀ ਇਹ 12-60 ਦਾ ਬਕਸਾ ਤੇ ਇਹ ਤੁਲਮੀ ਕੀ ਰੇਟ ਆ 90 ਰੁਪਏ ਸਾਰੀ 90 ਰੁਪਏ ਵੀ ਹਾਂ ਘੱਟ ਨਹੀਂ ਦੇਣੀ ਕੋਈ ਵੀ ਠੀਕ ਹੈ ਜੀ ਠੀਕ ਹੈ ਤੇ ਗਾਂ ਵੀਰੇ ਫਿਰ ਆਹ ਇਹਦੇ ਵੀ ਵੀਰ ਜੀ ਉਹ ਆ ਗਿਆ ਥੱਲੇ ਮੰਨ ਲਓ ਇਹਦੇ ਜਿਸਤੀ ਆ ਗਈ ਥੱਲੇ ਅੱਛਾ ਜੀ ਹਾਂ ਤੇ ਮਾਲ ਇਹਦੇ ਵੀ ਸਾਰਾ ਟਾਟਾ ਦਾ ਹੀ ਆ ਗਿਆ ਹਾਂ ਮਾਲ ਤੁਸੀਂ ਮਿਲਣਾ ਸਾਰੀਆਂ ਦੇ ਟਾਟਾ ਹੀ ਲਾਉਣੇ ਟਾਟਾ ਹੀ ਵਰਤਦੇ ਆਪਾਂ ਹਾਂ ਕਹੋਗੇ ਯਾਰ ਫਿਰ ਜਦੋਂ ਬੰਦੇ ਨੇ ਚੀਜ਼ ਵੀ ਲੈਣੀ ਹੈ ਆਪਾਂ ਨੂੰ ਆਇਆ ਨਹੀਂ ਕੋਈ ਵਿਕੇ ਨਾ ਵਿਕੇ ਆਪਾਂ ਨੂੰ ਕੋਈ ਬੜੀ ਆਪਾਂ ਦਾ ਕੰਮ ਸੌਂਕ ਦਾ ਹੀ ਕਰਨਾ ਨਹੀਂ ਲੌਂਗ ਟਰਮ ਚੱਲਦਾ ਹਾਂ ਹੁਣ ਮੰਨ ਲਾ ਮੈਂ ਟਰਾਲੀ ਲੈ ਗਿਆ ਮੇਰੀ ਚੀਜ਼ ਹਾਂਡੀ ਮੈਨੂੰ ਵਧੀਆ ਲੱਗੀ ਮੈਂ 10 ਜਣਾਂ ਨੂੰ ਹੋਰ ਕਹੂੰ ਉਤੋਂ ਲੈ ਕੇ ਆਓ ਹਾਂ ਉਹ ਕਸਟਮਰ ਬਣੇ ਤੁਹਾਡੇ ਹਾਂਜੀ ਹਾਂ ਕਿੱਥੇ ਹੁਣ ਮੈਂ ਚੀਜ਼ ਲੈ ਗਿਆ ਮੰਨ ਲਓ ਮੇਰੇ ਕੋਲ ਵਧੀਆ ਨਹੀਂ ਨਿਕਲੀ ਮੈਂ 10 ਨੂੰ ਕਹੂੰ ਨਾ ਯਾਰ ਉਹਦੇ ਕੋਲ ਨਾ ਜਾਇਓ ਕਸਟਮਰ ਹੀ ਸਭ ਤੋਂ ਵੱਡੀ ਮਾਰਕੀਟਿੰਗ ਹੁੰਦੀ ਆ ਹਾਂ ਤੇ ਇਹ ਬਈ ਆਈਐਸ ਦਾ ਸਾਰਾ ਮਾਰਕਾ ਹੋਊਗਾ ਹਾਂਜੀ ਠੀਕ ਹੈ ਗੱਲ ਸਾਰਾ ਜੇ ਕਿਸੇ ਭਰਾ ਨੇ ਟੋਪੀ ਲਵਾਉਣੀ ਉੱਥੇ ਟੋਪੀ ਵੀ ਲਾ ਦਾਂਗੇ ਤੁੜੀ ਵਾਲੀ ਠੀਕ ਹੈ ਉਹਦਾ ਕਿੰਨਾ ਕੁ ਐਕਸਟਰਾ ਹੋ ਜਾਣਾ ਉਹਦਾ ਵੀਰ ਜੀ 10,000 ਰੁਪਏ ਅਲੱਗ ਲੱਗੂਗਾ ਟੋਪੀ ਦਾ ਹਾਂਜੀ ਨਹੀਂ ਅਤੇ ਆਹ ਬੈੱਡ ਦਾ ਜੇ ਬੰਦੇ ਨੇ ਵਿੱਚ ਨੇ ਬੈੱਡ ਨਹੀਂ ਲੈਣਾ ਟੋਪੀ ਨਹੀਂ ਲੈਣੀ ਇਹ 30,000 ਰੁਪਏ ਕੱਟ ਲੈਣੇ ਆਪਾਂ ਮੈਨਸ ਹੋ ਜਾਊਗਾ ਹਾਂ 30,000 ਰੁਪਏ ਘਟਾ ਲਾਂਗੇ ਬਿਨਾ ਬੈੱਡ ਤੋਂ ਜਿਵੇਂ ਹੁਣ ਮੰਨ ਲਓ ਇਹ ਇਹਦਾ ਕੱਲੀ ਦਾ 20,000 ਰੁਪਿਆ ਠੀਕ ਹੈ ਟੋਪੀ ਸਮੇਤ ਮੰਨ ਲਓ ਕੱਲੀ ਜੇ ਤੁਸੀਂ ਟਰਾਲੀ ਲੈਣੀ ਹੈ ਇਹਦਾ 30,000 ਮੈਨਸ ਹੋ ਜਾਣਾ ਟੋਟਲ ਟੋਪੀ ਦਾ ਤੇ ਬੈੱਡ ਦਾ ਜੇ ਕੱਲਾ ਬੈੱਡ ਆ 20,000 ਦਾ ਬੈੱਡ ਆ 10,000 ਦੀ ਟੋਪੀ ਆ ਆਹੀ ਗੱਲ ਆ ਠੀਕ ਹੈ ਜੀ ਠੀਕ ਆ ਤੇ ਬਈ ਇਹਦੇ ਬਾਰੇ ਦੱਸੋ ਫਿਰ ਇਹਦੇ ਬਾਰੇ ਟੋਪੀ ਹੈ ਨਹੀਂ ਵੀਰ ਜੀ ਹਾਂ ਇਹਦੇ ਵੀ ਟੋਪੀ ਨੂੰ ਪਹਿਲੀ ਤੇ ਟੋਪੀ ਆ ਗਈ ਮੰਨ ਲਓ ਹਾਂਜੀ ਹੈ ਠੀਕ ਆ ਇਹ ਦੋਨੇ ਭੈਣਾਂ ਨੇ ਹਾਂ ਨਾ ਪਹਿਨਾ ਨਹੀਂ ਇਹ ਦੋਨੇ ਉਹ ਪਹਿਨਾ ਆ ਗਈਆਂ ਇਹ ਉਹਦੀ ਪਹਿਲੇ ਪਾਸੇ ਆ ਗਈ ਇਹ ਤਿੰਨ ਸਰੀਆਂ ਵਾਲੀ ਆ ਗਈ ਅੱਛਾ ਅੱਛਾ ਠੀਕ ਹੈ ਠੀਕ ਹੈ ਠੀਕ ਹੈ ਹਾਂ ਇਹ ਚ ਵੀ ਮਾਲ ਟਾਟਾ ਦਾ ਇਹ ਤਾਂ ਕਿਹੜੀ ਆ ਗਈ ਇਹਦੇ ਬਈ ਹਾਂ ਇਹ ਬਿਨਾ ਜੋੜ ਆ ਗਈ ਹਾਂ 8 ਐਮਐਮ ਵਾਲੀ ਆ ਗਈ ਠੀਕ ਹੈ ਜੀ ਠੀਕ ਹੈ ਠੀਕ ਹੈ 8 ਐਮਐਮ ਬਈ ਸਾਈਡਾਂ 10 ਐਮਐਮ ਭਰਾ ਤੇ ਬਈ ਇਹਦੇ ਵੀ ਟਾਟਾ ਦੀਆਂ ਹੱਬਾਂ ਇਹਦੇ ਵੀ ਟਾਟਾ ਦੀਆਂ ਹੱਬਾਂ ਟਾਟਾ ਦੀਆਂ ਹੱਬਾਂ ਹੀ ਵਰਤਦੇ ਆ ਵੀਰ ਜੀ ਆਪਾਂ ਵੈਸੇ ਠੀਕ ਹੈ ਹਾਂ ਹਿੱਸਾ ਦੂਜਾ ਲਾਉਂਦੇ ਜੀ ਆਪਾਂ ਦਿਖਾ ਵੀ ਦਿੰਨੇ ਆ ਆ ਟਾਟਾ ਦਾ ਮਾਰਕਾ ਦੂਜੇ ਦਾ ਰੰਗ ਕੀਤੀ ਆ ਉਹਨੇ ਆ ਲਿਖਿਆ ਬਈ ਟਾਟਾ ਹਾਂ ਸਾਰਾ ਹਾਂ ਮਾਲ ਟਾਟਾ ਦਾ ਵਰਤਦੇ ਆ ਬਈ ਤੇ ਆ ਟਰਾਲੀ ਬਾਰੇ ਬਈ ਇਹਦਾ weight ਕਿੰਨਾ ਕੁ ਹੋਊਗਾ ਇਹਦਾ ਵੀਰ ਜੀ ਵਿੱਚੇ ਟੋਪੀ ਸਮੇਟ ਇਹਦਾ 14 ਕੁਇੰਟਲ weight ਆ 14 ਕੁਇੰਟਲ ਕੱਲਾ ਬਕਸਾ ਕੱਲਾ ਬਕਸਾ ਹਾਂ
ਠੀਕ ਹੈ ਨਹੀਂ ਹੁਣ ਜਿਵੇਂ ਇਹ ਟੋਪੀ ਲੱਗੀ ਹੋਈ ਆ ਉੱਪਰ ਸਾਰਾ ਇਹ 90 ਰੁਪਏ ਚ ਜਾਊ ਸਾਰਾ ਇਹ 90 ਰੁਪਏ ਤੁਲਮੀ ਦੇਵਾਂ ਵੀਰ ਜੀ ਵਿੱਚੇ ਟਾਇਰ ਵੀ ਤੋਲ ਦਾਂਗੇ ਵਿੱਚੇ ਟਾਇਰ ਵੀ ਹਾਂ ਜੇ ਬੰਦਾ ਟੋਪੀ ਲਾ ਕੇ ਤੋਲਦਾ ਤਾਂ ਵੀ 90 ਰੁਪਏ ਤਾਂ ਵੀ 90 ਰੁਪਏ ਠੀਕ ਹੈ ਜੀ ਠੀਕ ਹੈ ਵੀਰੇ ਕੋਈ ਚੀਜ਼ ਬੰਦੇ ਨੇ ਜਿਵੇਂ ਹੁਣ ਮੰਨ ਲਓ ਹਿੱਸਾ ਕਟਾਉਣਾ ਪੁਰਾਣਾ ਪਿਆ ਅਗਲੇ ਕੋਲ ਕੁਛ ਹੀ ਪਿਆ ਜਿਹੜੀ ਚੀਜ਼ਾਂ ਲਾ ਕਹੂਗਾ ਕੱਟ ਲਾਂਗੇ ਹਾਂ ਇਹ ਵੀ ਬਹੁਤ ਕਮੈਂਟ ਆਉਂਦੇ ਆ ਵੀਰੇ ਯਾਰ ਵੀ ਸਾਡੇ ਕੋਲ ਟਰਾਲੀ ਆ ਸੀ ਯਾਰ ਕਟਾ ਕੇ ਲੈਣੀ ਆ ਜਾਂ ਸਾਡੀ ਪਹਿਲਾਂ ਵੇਚਾਂਗੇ ਉਹ ਵੀ ਵਿੱਚ ਕੱਟ ਲੈਣੇ ਤੁਸੀਂ ਵੀਰ ਜੀ ਆਪਾਂ ਤੁਹਾਡੀ ਵੀਡੀਓ ਨਾਲ ਆਪਣੇ ਕੋਲ 10 12 ਟਰਾਲੀਆਂ ਪੁਰਾਣੀਆਂ ਆ ਚੁੱਕੀਆਂ ਨੇ ਠੀਕ ਹੈ ਜਿਹੜੀਆਂ ਮੰਨ ਲਓ ਵੀ ਆਪਾਂ ਕੱਟ ਲੀਆਂ ਕੱਟ ਲਿਆ ਕੱਟ ਕੇ ਆਪਾਂ ਗਾਹਾਂ ਦੇ ਦਿੰਨੇ ਉਹਦੇ ਵਿੱਚੋਂ ਕੋਈ ਆਪਾਂ ਨਫਾ ਨਹੀਂ ਟੁੱਟਣ ਨਹੀਂ ਜੇ ਕਈ ਵਾਰ ਅਗਲਾ ਟਰਾਲੀ ਆਪਾਂ ਨੂੰ ਵਿੱਚ ਕਟਾ ਜਾਂਦਾ ਪਿੰਡ ਦੇ ਵਿੱਚ ਅਗਲਾ ਕਹਿੰਦਾ ਯਾਰ ਮੈਂ ਲੈਣੀ ਸੀ ਮੰਨ ਲਾ ਮੈਂ ਕੱਟ ਲੈਂਦਾ ਆਪਾਂ ਜੇ ਕੋਈ ਬੰਦਾ ਉਹਨੂੰ ਨਾਰਾਜ਼ ਨਹੀਂ ਕਰਦੇ ਉਹਨੂੰ ਕਹਿੰਦੇ ਬਈ ਤੂੰ ਲੈ ਜਾ ਇੰਨੇ ਦੀ ਕੱਟੀ ਜਾਂਦਾ ਜਾ ਸਹੀ ਆ ਹਾਂ ਕਿਉਂਕਿ ਉਹ ਚ ਵੀ ਤੁਸੀਂ ਐ ਚ ਨਫਾ ਕਮਾਉਣੀ ਆ ਬੰਦਾ ਮਿਹਨਤ ਕਰਦਾ ਹਾਂ ਉਹ ਚ ਵੀ ਚਲੋ ਮਾੜਾ ਮੋਟਾ ਹੋਵੇ ਤਾਂ ਉਹ ਵੀ ਤੁਸੀਂ ਵਿੱਚ ਕਰ ਲੈਂਦੇ ਅਸੀਂ ਲੈਂਦੇ ਨਹੀਂ ਬਸ ਸਾਨੂੰ 10000 ਮੰਦੀ ਆ ਜੀ ਅੱਛਾ ਹਾਂ ਪ੍ਰਾਣੀ ਦਾ ਅਸੀਂ ਕੋਈ ਨਹੀਂ ਬਾਈ ਜਿੰਨੇ ਦੀ ਸਾਡੀ ਆਉਂਦੀ ਆ ਉਹਨੇ ਦੀ ਦਿੰਨੇ ਆ ਵੀ ਗਾਂ ਬੰਦਾ ਇਹ ਐ ਵੀ ਛੋਟੀ ਨਵੀਂ ਵੇਖ ਜਾਂਦੀ ਆ ਹਾਂ ਉਹ ਟਰਾਲੀ ਆਪਾਂ 85000 ਦੀ ਕੱਟੀ ਆ 85 ਨੂੰ ਹੀ ਦੇਣੀ ਆ ਉਹ ਖੜੀ ਹੈ ਜੀ ਟਰਾਲੀ ਹੈ ਨਾ ਹਾਂ ਤੇ ਉਹਦੀ ਕੰਡੀਸ਼ਨ ਦਿਖਾ ਦਈਏ ਆਪਾਂ ਦਿਖਾ ਦੇ ਵੀਰ ਜੀ ਨਲੇ ਵਾਂਜੇ ਨੂੰ ਪਤਾ ਲੱਗ ਜੂ ਵੀ ਕਹਿਜੀ ਟਰਾਲੀ ਆ 85000 ਦੀ ਕੱਟੀ ਹੋਈ ਆ ਤੇ 85 ਨੂੰ ਹੀ ਦੇਣੀ ਆ ਬਾਈ ਕਹਿੰਦਾ ਐਂ ਕੱਟੀ ਸਾਰਾ ਕੁਝ ਐਂ ਕੱਟੀ ਆ ਵੀਰ ਜੀ ਕੁਝ ਨਹੀਂ ਇਹਦਾ ਲਓ ਜੀ ਆ ਖੜੀ ਆ ਟਰਾਲੀ ਤੇ ਵਿੱਚੋਂ ਵੀ ਦੇਖ ਲਓ ਤੁਸੀਂ ਹਾਂ ਹਾਂ ਜੀ ਹਾਂ ਤੇ ਭਾਈ ਟਰਾਲੇ ਵੀ ਬਣਾ ਲੈਣੇ ਤੁਸੀਂ ਵੀਰ ਜੀ ਆਪਾਂ ਨਾ ਵੈਸੇ ਟਰਾਲੀਆਂ ਦਾ ਕੰਮ ਹੀ ਕਰਦੇ ਆ ਟਰਾਲੇ ਨੂੰ ਬਣਾਏ ਆ ਪੰਜ ਚਾਰ ਹਾਂ ਤੇ ਵੈਸੇ ਆਪਾਂ ਟਰਾਲਾ ਡਿਮਾਂਡ ਤੇ ਬਣਾਉਂਦੇ ਆ ਉਹ ਨਹੀਂ ਬਣਾਉਂਦੇ ਵੀ ਆਪਣੇ ਡਿਮਾਂਡ ਵੀ ਹੈ ਨਹੀਂ ਏਰੀਏ ਦੀ ਹਾਂ 11 ਦੀ ਟਰਾਲੀ ਦੀ ਜ਼ਿਆਦਾ ਵਿਕਰੀ ਆ ਠੀਕ ਆ ਠੀਕ ਆ ਠੀਕ ਆ ਬਾਕੀ ਵੀਰੋ ਟਰਾਲੀਆਂ ਤੁਹਾਡੇ ਸਾਹਮਣੇ ਆ ਵੀਰ ਤਸੱਲੀ ਵਾਲਾ ਕੰਮ ਆ ਹਾਂਜੀ ਆਪਣਾ ਵੀਰ ਜੀ ਹੁਣ ਨਾ ਬੰਦੇ ਆਪਣੇ ਪਿਛਲੀ ਵਾਰੀ ਕੀ ਹੋਇਆ ਵਿਚਾਰੇ ਉਹ ਪਿੱਛੇ ਹੋਰ ਥਾਂ ਹੀ ਰਹਿ ਗਏ ਅੱਛਾ ਮੈਨੂੰ ਬੰਦੇ ਨੇ ਬਾਅਦ ਚ ਫੋਨ ਹੋਇਆ ਤੇ ਜਦ ਲੈ ਕੇ ਆਪਣੇ ਪੰਪ ਦੇ ਸਾਹਮਣੇ ਮੰਡੀ ਆ ਮੈਂ ਦਿਖਾ ਦੇਣਾ ਲੋਕੇਸ਼ਨ ਬਾਈਆਂ ਦੀ ਤਲਵੰਡੀ ਸਾਬੋ ਮੰਡੀ ਚ ਆ ਪੰਪ ਆ ਮੰਡੀ ਚ ਕੋਈ ਪੰਪ ਆ ਪੰਪ ਦੇ ਬਿਲਕੁਲ ਸਾਹਮਣੇ ਮੰਡੀ ਆ ਬਾਈਆਂ ਦੀਆਂ ਟਰਾਲੀਆਂ ਖੜੀਆਂ ਵੀ ਇੱਥੇ ਛੋਟੀਆਂ ਹੀ ਟਰਾਲੀਆਂ ਹੁੰਦੀਆਂ ਹਾਂ ਵੀਰ ਜੀ ਹਾਂ ਪੰਪ ਦੇ ਜਮਾਂ ਸਾਹਮਣੇ ਇੱਥੇ ਆ ਜਾਓ ਬਾਈ ਕੋਲੇ ਤੇ ਨੰਬਰ ਬਾਈ ਦਾ ਆਪਾਂ ਵੀਡੀਓ ਦੇ ਵਿੱਚ ਦਿਖਾਤਾ ਇੱਕ ਵਾਰੀ ਬਾਈ ਬੋਲ ਵੀ ਦੇ ਪਿੰਡ ਨੰਬਰ ਤੇ ਸਾਰਾ ਕੁਝ ਹੈ ਨਾ ਹਾਂ ਹਾਂ ਬੋਲ ਵੀ ਦੇ ਵੀਰੇ ਇੱਕ ਵਾਰੀ ਆਦਾ ਨਾਂ ਪਿੰਡ ਤੇ ਨੰਬਰ ਨਾਂ ਵੀਰ ਜੀ ਬਬਲੀ ਹਾਂਜੀ ਪਿੰਡ ਘੁੰਮਣ ਕਲਾ ਹਾਂਜੀ ਮੋਬਾਈਲ ਨੰਬਰ ਹੈਗਾ 75892 ਹਾਂਜੀ 99512 ਠੀਕ ਹੈ ਜੀ ਕਰ ਲਿਓ ਬਾਈ ਤੱਕ ਅਪਰੋਚ ਤੇ ਵੀਰੇ ਧੰਨਵਾਦ ਬਹੁਤ ਬਹੁਤ ਧੰਨਵਾਦ ਓਕੇ ਜੀ।